ਤਾਂ ਹਾਂਜੀ ਦੋਸਤੋ, ਆਰਨੇਤ ਅਤੇ ਤਰਸੇਮ ਦੇ ਵਿਵਾਦ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਮੁੱਦਾ ਭਖਦਾ ਨਜ਼ਰ ਆ ਰਿਹਾ ਹੈ ਦੋਸਤੋ। ਤਾਂ ਦੋਸਤੋ ਕੀ ਹੈ ਪੂਰੀ ਜਾਣਕਾਰੀ, ਆਰਨੇਤ ਨੇ ਤਰਸੇਮ ਨੂੰ ਰਿਪਲਾਈ ਕੀਤੇ ਹਨ ਅਤੇ ਕੀ ਰਿਪਲਾਈ ਕੀਤੇ ਹਨ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਦੇ ਹਾਂ। ਪਰ ਉਸ ਤੋਂ ਪਹਿਲਾਂ ਦੋਸਤੋ, ਜੇਕਰ ਤੁਸੀਂ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਤਾਂ ਕਿ ਤੁਹਾਡੇ ਤੱਕ ਇੰਡਸਟਰੀ ਦੀਆਂ ਖਬਰਾਂ ਪਹੁੰਚਦੀਆਂ ਰਹਿਣ। ਤਾਂ ਦੋਸਤੋ ਆਪਾਂ ਗੱਲ ਕਰ ਲੈਂਦੇ ਹੁਣ ਆਰਨੇਤ ਦੇ ਨਵੇਂ ਗਾਣੇ ਦੇ ਬਾਰੇ। ਦੋਸਤੋ ਜਿਵੇਂ ਕਿ ਆਪ ਸਭ ਨੂੰ ਪਤਾ ਕਿ ਆਰਨੇਤ ਦਾ ਨਵਾਂ ਗਾਣਾ ਰਿਲੀਜ਼ ਹੋ ਚੁੱਕਿਆ ਹੈ ਗਾਡਰ ਬੰਦਾ। ਤਾਂ ਦੋਸਤੋ ਜਿਵੇਂ ਕਿ ਆਪ ਸਭ ਨੂੰ ਇਹ ਵੀ ਪਤਾ ਹੀ ਹੋਵੇਗਾ ਕਿ ਪਹਿਲਾਂ ਆਰਨੇਤ ਅਤੇ ਤਰਸੇਮ ਦੇ ਪਹਿਲਾਂ ਵੀ ਵਿਵਾਦ ਚੱਲ ਚੁੱਕੇ ਹਨ, ਮਤਲਬ ਇੱਕ ਦੂਜੇ ਨੂੰ ਰਿਪਲਾਈ ਕਰ ਚੁੱਕੇ ਹਨ। ਪਰ ਦੋਸਤੋ ਆਰਨੇਤ ਦੇ ਗ੍ਰਾਫ ਨੂੰ ਸਿੱਟਣ ਦੀ ਕੋਸ਼ਿਸ਼ ਜੋ ਕੀਤੀ ਗਈ ਸੀਗੀ ਤਰਸੇਮ ਹੋਰਾਂ ਦੇ ਵੱਲੋਂ, ਉਹਨਾਂ ਨੂੰ ਮਾੜਾ ਚੰਗਾ ਬੋਲ ਕੇ ਆਰਨੇਤ ਹੋਰਾਂ ਨੂੰ, ਤਾਂ ਦੋਸਤੋ ਇਸੇ ਗੱਲ ਦਾ ਰਿਪਲਾਈ ਕਰਦੇ ਹੋਏ ਆਰਨੇਤ ਨੇ ਆਪਣੇ ਨਵੇਂ ਗਾਣੇ ਦੇ ਵਿੱਚ ਕੁਝ ਲਾਈਨਾਂ ਪਾਈਆਂ ਹਨ ਜਿਨ੍ਹਾਂ ਵਿੱਚ ਕਿ ਬੋਲਿਆ ਗਿਆ ਹੈ ਕਿ ਜੋ ਦੋਗਲੇ ਬੰਦੇ ਮੇਰਾ ਗ੍ਰਾਫ ਸਿੱਟਣ ਦੀ ਕੋਸ਼ਿਸ਼ ਕਰਦੇ ਹਨ, ਐਦਾਂ ਮੇਰਾ ਗ੍ਰਾਫ ਨਹੀਂ ਸਿੱਟਣਾ। ਬਾਕੀ ਦੋਸਤੋ ਕੀ ਰਿਪਲਾਈ ਕੀਤੇ ਹਨ ਇਹ ਤੁਸੀਂ ਪੂਰਾ ਗਾਣਾ ਸੁਣ ਕੇ ਵੀ ਪਤਾ ਕਰ ਸਕਦੇ ਹੋ। ਧੰਨਵਾਦ ਦੋਸਤੋ, ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ।